ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇਸ ਵਕਤ ਫੇਸਬੁੱਕ 'ਤੇ ਮੈਂ ਤੁਹਾਡੇ ਨਾਲ ਲਾਈਵ ਰੂਬਰੂ ਹਾਂ। ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੈਨੂੰ ਲੋਕ ਸਭਾ ਦੇ ਵਿੱਚ ਭੇਜਿਆ, ਜਿਹਨੂੰ ਕਿ ਆਪਾਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਕਹਿੰਦੇ ਹਾਂ। ਔਰ ਮੇਰਾ ਫਰਜ਼ ਬਣਦਾ ਕਿ ਮੈਂ ਉੱਥੇ ਜਾ ਕੇ ਲੋਕਾਂ ਦੇ ਮਸਲੇ ਉਠਾਵਾਂ, ਜੇ ਕੋਈ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਲੋਕਾਂ ਨੂੰ ਚਾਹੀਦੇ ਨੇ ਉਹ ਮੈਂ ਲੈ ਕੇ ਆਵਾਂ। ਅਤੇ ਮੈਂ ਅੱਜ ਬੜੀ ਖੁਸ਼ਖਬਰੀ ਜਿਹੜੀ ਹੈ ਲੋਕ ਸਭਾ ਹਲਕਾ ਸੰਗਰੂਰ ਦੇ ਸਾਰੇ ਲੋਕਾਂ ਨੂੰ ਦੇਣੀ ਚਾਹੁੰਦਾ, ਕਿਉਂਕਿ ਪਾਸਪੋਰਟ ਬਣਾਉਣ ਵਾਸਤੇ ਕਾਫੀ ਦਿੱਕਤਾਂ ਦਾ ਸਾਹਮਣਾ ਆਉਂਦਾ ਸੀ। ਇਸ ਹਲਕੇ ਤੋਂ ਇਸ ਇਲਾਕੇ ਦੇ ਵਿੱਚੋਂ ਚੰਡੀਗੜ੍ਹ ਜਾਣਾ ਪੈਂਦਾ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੋ ਵਿਦੇਸ਼ ਮੰਤਰਾਲੇ ਨਾਲ ਦੇ ਵਿੱਚ ਜ਼ਿਆਦਾਤਰ ਮੁਸਲਿਮ ਬਹੁਤ ਅੱਤਵਾਦੀ ਹੈ ਅਤੇ ਉਹਨਾਂ ਨੂੰ ਪਾਸਪੋਰਟ ਦੀ, ਕਿਉਂਕਿ ਹੱਜ ਵਗੈਰਾ 'ਤੇ ਜਾਣਾ ਹੁੰਦਾ ਜਾਂ ਉਹਨਾਂ ਨੂੰ ਪਾਸਪੋਰਟ ਦੀ ਜਲਦੀ ਜਿਹੜੀ ਲੋੜ ਪੈਂਦੀ ਹੈ। ਸੋ ਪਾਕਿਸਤਾਨ ਦੇ ਵੀ ਬਹੁਤ ਸਾਰੇ ਰਿਸ਼ਤੇਦਾਰੀਆਂ ਨੇ ਉਹਨਾਂ ਦੀਆਂ, ਉਹ ਵੀਜ਼ਾ ਵਗੈਰਾ ਲੈਣ ਵਾਸਤੇ ਉਹਨਾਂ ਨੂੰ ਜਾਂ ਪਾਕਿਸਤਾਨ 'ਚ ਟਰੈਵਲ ਕਰਨ ਵਾਸਤੇ ਜਾਣਾ ਪੈਂਦਾ। ਅਤੇ ਬਾਕੀ ਮਲੇਰਕੋਟਲਾ ਸੈਂਟਰ ਪੈਂਦਾ, ਧੂਰੀ ਵੀ ਹੈ, ਉੱਧਰੋਂ ਬਰਨਾਲਾ ਆ ਜਾਂਦਾ, ਸੰਗਰੂਰ ਦੇ ਵੀ ਨੇੜੇ ਪੈ ਜਾਂਦਾ, ਅਮਰਗੜ੍ਹ ਆ ਜਾਂਦਾ, ਅਹਿਮਦਗੜ੍ਹ ਆ ਜਾਂਦਾ। ਸੋ ਇਸ ਕਰਕੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਕਿ ਵਿਦੇਸ਼ ਮੰਤਰਾਲੇ ਨੇ ਮਲੇਰਕੋਟਲਾ ਦੇ ਵਿੱਚ ਰੀਜਨਲ ਪਾਸਪੋਰਟ ਆਫਿਸ, ਖੇਤਰੀ ਪਾਸਪੋਰਟ ਆਫਿਸ ਖੋਲ੍ਹਣ ਦਾ ਫੈਸਲਾ ਕੀਤਾ। 16 ਫਰਵਰੀ ਨੂੰ ਮੈਂ ਉਸ ਫੰਕਸ਼ਨ ਦੀ ਜਿਹੜੀ ਪ੍ਰਧਾਨਗੀ ਕਰੂੰਗਾ, ਕਿਉਂਕਿ ਸੈਂਟਰ ਸਰਕਾਰ ਵੱਲੋਂ ਇਹ ਜਿਹੜਾ ਪਾਸਪੋਰਟ ਆਫਿਸ ਮਿਲਦਾ। ਸੋ ਮੈਂਬਰ ਆਫ ਪਾਰਲੀਮੈਂਟ ਜਿਹੜਾ ਸੈਂਟਰ ਨਾਲ ਰਿਲੇਟਡ ਹੈ, ਸੋ ਲੋਕਲ ਵੀ ਜਿਹੜੇ MLAs ਔਰ ਜਿੰਨੇ ਵੀ ਰੀਪ੍ਰਜੈਂਟੇਟਿਵ ਨੇ ਕਿਸੇ ਭਾਵੇਂ ਕਿਸੇ ਵੀ ਪਾਰਟੀ ਦੇ ਨੇ, ਉਹ ਵੀ ਉੱਥੇ ਆਉਣਗੇ। ਸੋ ਮੈਂ ਮਲੇਰਕੋਟਲੇ ਦੇ ਕੁਛ ਮੇਰੇ ਸਾਡੇ ਸਾਥੀ ਇੱਥੇ ਆਏ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਮੈਨੂੰ ਐਪਲੀਕੇਸ਼ਨ ਲਿਖ ਕੇ ਕਹਿੰਦੇ ਸੀ ਕਿ ਸਾਨੂੰ ਇਸ ਤਰ੍ਹਾਂ ਦਾ ਕੋਈ ਸੁਵਿਧਾ ਮਿਲ ਜੇ ਕਿ ਸਾਨੂੰ ਲੋਕਾਂ ਨੂੰ, ਸਾਡੇ ਲੋਕਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਨਾ ਪਵੇ। ਜਮੀਲੂ ਜੀ, ਜਮੀਲ ਰਹਿਮਾਨ ਜੀ ਸਾਡੇ ਕੋਰ ਕਮੇਟੀ ਦੇ ਮੈਂਬਰ ਵੀ ਨੇ, ਉਹ ਇਸ ਮਾਮਲੇ 'ਚ ਤੁਹਾਡੇ ਨਾਲ ਵਿਚਾਰ ਸਾਂਝੇ ਕਰ। ਮਲੇਰਕੋਟਲਾ ਦੇ ਲੋਕਾਂ ਦੀ ਬਹੁਤ ਪੁਰਾਣੀ ਇਹ ਮੰਗ ਚੱਲੀ ਆ ਰਹੀ ਸੀ ਕਿ ਇੱਥੇ ਜੇਕਰ ਰੀਜਨਲ ਪਾਸਪੋਰਟ ਆਫਿਸ ਖੁੱਲ੍ਹ ਜਾਵੇ ਤਾਂ ਮਲੇਰਕੋਟਲਾ ਅਤੇ ਹੋਰ ਆਲੇ ਦੁਆਲੇ ਦੇ ਸਾਰੇ ਲੋਕਾਂ ਲਈ ਸਹੂਲਤ ਪੈਦਾ ਹੋ ਜਾਏਗੀ। ਅਤੇ ਅਸੀਂ ਮਲੇਰਕੋਟਲੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਮਾਨ ਜੀ ਦਾ, ਮੈਂਬਰ ਪਾਰਲੀਮੈਂਟ ਸੰਗਰੂਰ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਇਹ ਮਲੇਰਕੋਟਲਾ ਵਿਖੇ ਰੀਜਨਲ ਪਾਸਪੋਰਟ ਆਫਿਸ ਖੋਲ੍ਹਣ ਦੀ ਪ੍ਰਵਾਨਗੀ ਮਿਲੀ ਹੈ। ਮਾਨ ਸਾਹਿਬ, ਕੇਂਦਰੀ ਸਰਕਾਰ ਤੋਂ ਪਾਸਪੋਰਟ ਆਫਿਸ ਮਲੇਰਕੋਟਲਾ ਖੋਲ੍ਹਣ ਲਈ ਮਨਜ਼ੂਰੀ ਲੈ ਕੇ ਆਏ ਨਾ, ਅਤੇ ਇਹ ਇਲਾਕੇ ਦੇ ਲੋਕਾਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਦੀ ਗੱਲ ਹੈ, ਬਹੁਤ ਹੀ ਵੱਡੀ ਸਹੂਲਤ ਲੋਕਾਂ ਨੂੰ ਮਿਲੇਗੀ ਔਰ ਲੋਕ ਇਸ ਤੋਂ ਬਹੁਤ ਖੁਸ਼ ਹਨ ਔਰ ਸਾਰੇ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। 16 ਫਰਵਰੀ 2019 ਨੂੰ ਇਸ ਰੀਜਨਲ ਪਾਸਪੋਰਟ ਆਫਿਸ ਦਾ ਜਿਹੜਾ ਕਿ ਔਨਲਾਈਨ ਹੋਊਗਾ, ਬਿਲਕੁਲ ਲੇਟੈਸਟ ਟੈਕਨੀਕ ਹੋਣਗੀਆਂ, ਹੁਣ ਉਹਦਾ ਜਿਹੜਾ ਟੈਕਨੀਕਲੀ ਉਹਦਾ ਜਿਹੜਾ ਚੈੱਕਅਪ ਚੱਲ ਰਿਹਾ, ਸਾਰਾ ਸਟਾਫ ਜਿਹੜਾ ਉਹਨੂੰ ਉਹਦਾ ਜਿਹੜਾ ਟ੍ਰਾਇਲ ਚੱਲ ਰਹੇ ਨੇ, ਤਾਂ ਕਿ ਜਦੋਂ 16 ਫਰਵਰੀ ਨੂੰ ਉਦਘਾਟਨ ਹੋ ਜਾਵੇ ਤਾਂ ਪਹਿਲਾ ਪਾਸਪੋਰਟ ਜਿਹੜਾ 16 ਫਰਵਰੀ ਨੂੰ ਹੀ ਅਪਲਾਈ ਹੋਵੇ ਅਤੇ ਉਸੇ ਦਿਨ ਹੀ ਉਹਦਾ ਪ੍ਰਿੰਟ ਆਊਟ ਜਿਹੜਾ ਉਹਨਾਂ ਨੂੰ ਮਿਲ ਜਾਵੇ, ਤਾਂ ਕਿ ਉਹਨਾਂ ਨੂੰ ਜਲਦੀ ਜਿਹੜਾ ਪਾਸਪੋਰਟ ਜਿਹੜਾ ਉਹ ਚਾਹੇ ਰੀਨਿਊ ਕਰਾਉਣਾ ਹੈ ਚਾਹੇ ਨਵਾਂ ਬਣਾਉਣਾ,
ਉਹ ਸਹੂਲਤ ਮਿਲ ਜੇ। ਸੋ ਮਲੇਰਕੋਟਲੇ ਦੇ ਲੋਕਾਂ ਨੇ ਵੀ ਪਹਿਲਾਂ ਵੀ ਵੋਟਾਂ ਵੇਲੇ ਵੀ ਬਹੁਤ ਸਾਰਾ ਪਿਆਰ ਦਿੱਤਾ, ਪਰ ਜਦੋਂ ਵੀ ਬਿਨਾਂ ਵੋਟਾਂ ਤੋਂ ਵੀ ਜਾਂਦੇ ਹਾਂ ਤਾਂ ਮਲੇਰਕੋਟਲੇ ਦੇ ਵਿੱਚ ਜਿੰਨਾ ਪਿਆਰ ਮਿਲਦਾ